ਤੁਸੀਂ ਦੇਖ ਰਹੇ ਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਮੈਂ ਹਰਿੰਕੂ ਰਾਜਾ, ਮੇਰੇ ਨਾਲ ਮੀਡੀਆ ਇੰਚਾਰਜ ਮੈਡਮ ਨਰਿੰਦਰ ਕੌਰ ਪਰਿਵਾਲ। ਅੱਜ ਬਟਾਲਾ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਜ਼ਿਲ੍ਹਾ ਬਟਾਲਾ ਨੇ SSP ਉਪਿੰਦਰਜੀਤ ਸਿੰਘ ਘੁੰਮਣ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀਤੇ ਦਿਨੀ ਜਿਹੜਾ 25 ਫਰਵਰੀ ਨੂੰ ਬਟਾਲਾ ਦੇ ਭੰਡਾਰੀ ਮੁਹੱਲਾ ਅੰਦਰ ਇੱਕ ਨੌਜਵਾਨ ਮੁਕੇਸ਼ ਨਈਅਰ ਉਰਫ ਕਾਲਾ ਆੜਤੀਆ ਦੀ ਹੱਤਿਆ ਕੀਤੀ ਗਈ ਸੀ। ਉਹਨੂੰ ਟਰੇਸ ਕਰਦੇ ਹੋਏ ਕਾਤਲ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਇਹ ਸਾਰੀ ਜਾਣਕਾਰੀ ਅੱਜ ਮੀਡੀਆ ਨੂੰ ਬਾਰਡਰ ਰੇਂਜ ਦੇ IG SPS ਪਰਮਾਰ ਨੇ ਦਿੱਤੀ। ਉਹਨਾਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਨੇ 48 ਘੰਟਿਆਂ ਵਿੱਚ ਕਾਰਵਾਈ ਕਰਦੇ ਹੋਏ ਦੋ ਕਾਤਲਾਂ ਨੂੰ ਟਰੇਸ ਕੀਤਾ, ਜਿਨ੍ਹਾਂ ਨਾਂ ਕਰਨ ਉਰਫ ਬਿੱਲਾ ਪੁੱਤਰ ਰਮਨ ਸ਼ਰਮਾ ਵਾਸੀ ਭੰਡਾਰੀ ਮੱਲਾ ਅਤੇ ਮੰਨੀ ਉਰਫ ਮਾਹੂ ਵਾਸੀ ਭੰਡਾਰੀ ਮਹੱਲਾ ਪੁੱਤਰ ਸੁੱਚਾ ਸਿੰਘ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਕਾਤਲ ਕਰਨ ਉਰਫ ਬਿੱਲਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਹਦੀ ਨਿਸ਼ਾਨਦੇਹੀ 'ਤੇ ਜੋ ਉਹਨਾਂ ਨੇ ਐਕਟਿਵਾ ਮੁਕੇਸ਼ ਨਈਅਰ ਤੋਂ ਖੋਹੀ ਸੀ ਉਸ ਨੂੰ ਬਰਾਮਦ ਕੀਤਾ ਗਿਆ ਹੈ। ਪਰਮਾਰ ਜੀ ਨੇ ਦੱਸਿਆ ਕਿ ਇਹ ਸਾਰੀ ਜਿਹੜੀ ਵਾਰਦਾਤ ਹੈ ਇਹ ਲੁੱਟ ਖੋਹ ਦੀ ਨੀਅਤ ਨਾਲ ਕੀਤੀ ਗਈ ਹੈ। ਕੁੱਲ ਮਿਲਾ ਕੇ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਇੱਕ ਵੱਡੀ ਕਾਮਯਾਬੀ ਕਿ ਉਹਨਾਂ ਨੇ 48 ਘੰਟਿਆਂ ਅੰਦਰ ਇਸ ਕਾਤਲ ਨੂੰ ਗ੍ਰਿਫਤਾਰ ਕੀਤਾ। ਵੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਜਿਹੜਾ ਮੁਕੇਸ਼ ਕੁਮਾਰ ਦਾ ਕਤਲ ਹੋਇਆ ਸੀ 25 ਤਰੀਕ ਨੂੰ ਇਸੇ ਮਹੀਨੇ, ਉਹਨੂੰ SSP ਬਟਾਲਾ ਉਪਿੰਦਰਜੀਤ, ਇਹਨਾਂ ਦੇ SP ਹੈੱਡਕੁਆਰਟਰ ਸਾਹਿਬ ਮਿਸਟਰ ਸਿੰਗਲਾ DSP ਅਤੇ ਪ੍ਰੇਮ ਕੁਮਾਰ DSP, ਇਹਨਾਂ ਨੇ ਬੜੀ ਐਫਰਟ ਕਰਕੇ ਇਹਨੂੰ 48 ਘੰਟਿਆਂ ਦੇ ਚਾਰ ਲੈਵਲ ਕਰ ਦਿੱਤਾ। ਅਤੇ ਅਕਿਊਜ਼ ਜਿਹੜਾ ਮੇਨ ਇਹਨੂੰ ਫੜ ਲਿਆ ਉਹਦਾ ਨਾਂ ਹੈ ਕਰਨ ਉਰਫ ਬਿੱਲਾ ਅਤੇ ਦੂਸਰਾ ਮਨੀ ਹੈ, ਮਨੀ ਇਜ਼ ਐਟ ਲਾਰਜ। ਕਰਨ ਦੇ ਕਹਿਣ ਦੇ ਉੱਤੇ ਇੱਕ ਉਹ ਦਸਾ ਇਹਦਾ ਤੋਂ ਰਿਕਵਰ ਕਰ ਲਿਆ ਵੈਪਨ ਆਫ ਅਫੈਂਸ ਅਲੋਂਗ ਵਿਦ ਦਾ ਸਿਕਿਉਰਿਟੀ ਜਿਹੜੀ ਇਹ ਵਿਕਟੂ ਤੋਂ ਖੋਹ ਕੇ ਲੈ ਕੇ ਗਿਆ ਸੀ। ਇਹਦੀ ਇਨਕਸ਼ਾਫ ਦੇ ਉੱਤੇ ਉਹ ਜਿਹੜੇ ਧਾਰੀਵਾਲ ਨਹਿਰ ਦੇ ਵਿੱਚ ਉਹ ਵੀ ਰਿਕਵਰ ਕਰ ਲਈ ਗਈ ਹੈ। ਅਤੇ ਦੂਸਰਾ ਜਿਹੜਾ ਮਨੀ ਹੈ ਉਹ ਸਟਿਲ ਇਟ ਲਾਰਜ ਵਿਦ ਕੈਸ਼ ਐਂਡ ਸੋਨ ਆਲਸੋ। ਇਟ ਹੈਜ਼ ਨੋ ਕਮਿਊਨਲ ਐਂਗਲ ਐਟ ਆਲ। ਕੈਟੇਗੋਰੀਕਲੀ ਇਟ ਵਾਜ਼ ਏ ਪਿਓਰ ਕੇਸ ਆਫ ਸਨੈਚਿੰਗ ਬਾਈ ਦਾ ਲੋਕਲ ਯੂਥ। ਉਹਦੇ ਵਿੱਚ ਕਿਉਂਕਿ ਉਹਨਾਂ ਨੇ ਜਿਹੜਾ ਵਿਕਟਮ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਦਾ ਸੀ, ਇਸ ਕਰਕੇ ਉਹਨਾਂ ਨੇ ਉਹਨੂੰ ਮਾਰ ਦਿੱਤਾ। 1 ਸਾਲ ਦੇ ਨੇ, ਇਹਨਾਂ ਦਾ ਪਹਿਲਾ ਹਾਲੇ ਤੱਕ ਕੋਈ ਰਿਕਾਰਡ ਸਾਡੇ ਰਿਕਾਰਡ 'ਚ ਨਹੀਂ ਹੈ ਕਿ ਇਹਨਾਂ ਨੇ ਪਹਿਲਾਂ ਕੋਈ ਅਫੈਂਸ ਕੀਤਾ ਹੋਵੇ। ਦਿਸ ਇਜ਼ ਦਾ ਫਸਟ ਅਫੈਂਸ ਆਈ ਸਪੋਜ਼। ਸਰ ਇੱਕ ਵਾਰ ਵਾਰ ਜਿਸ ਤੋਂ ਉਹਨਾਂ 'ਚ ਵਿੱਚ ਨਿਰਾਸ਼ਾ ਵੀ ਪਾਈ ਜਾ ਰਹੀ ਹੈ। ਕੈਟੇਗੋਰਿਕ ਸਟੇਟਮੈਂਟ ਦਿੰਦਾ ਦਰ ਇਜ਼ ਨੋ ਪ੍ਰੋਸੀਜਰ ਆਫ ਐਨੀ ਪੋਸਟ ਵਿਜ਼ਿਟ ਵੈਰੀਫਿਕੇਸ਼ਨ ਐਂਡ ਆਲ ਦੈਟ। ਉਹ ਤਾਂ ਪਹਿਲਾਂ ਜਿਹੜਾ ਪ੍ਰੋਸੀਜਰ ਹੁੰਦੇ ਨੇ ਸਾਰੇ ਉਹ ਜਿੱਦਾਂ ਇਸਟੈਬਲਿਸ਼ ਨੋਰਮਸ ਹੈਗੇ ਆ, ਕੋਈ ਇਹੋ ਜਿਹਾ ਆਪਰੇਟਸ ਨਹੀਂ ਹੈ, ਕੋਈ ਇਹੋ ਜਿਹੀ ਲੈਣਾ ਦੇਣਾ ਨਹੀਂ। ਔਰ ਮੈਂ ਅਪੀਲ ਕਰਦਾ ਕਿ ਜਿਹੜਾ ਵੀ ਸ਼ਰਧਾਲੂ ਜਾਣਾ ਚਾਹੁੰਦਾ ਖੁੱਲ੍ਹ ਕੇ ਜਾਓ, ਵੀ ਵਿਲ ਫੈਸਿਲੀਟੇਟ। ਅਤੇ ਕੋਈ ਪੁਲਿਸ ਕੋਈ ਰਿਸੈਕਸ਼ਨ ਹੀ ਨਹੀਂ ਹੈ ਉਹਦੇ ਵਿੱਚ, ਕੋਈ ਮਤਲਬ ਨਹੀਂ। ਸਰ ਜਦੋਂ ਮੈਂ ਕਹਿੰਦਾ, ਮੈਂ ਸ਼ੋਰ ਕਰਦਾ ਕੋਈ ਇਹੋ ਜਿਹਾ ਪ੍ਰੋਸੀਜਰ ਹੀ ਨਹੀਂ ਹੈ, ਨਾ ਅਸੀਂ ਬੁਲਾਇਆ ਨਾ ਅਸੀਂ ਬੁਲਾਵਾਂਗੇ, ਕੋਈ ਇਹੋ ਜਿਹਾ ਕੋਈ ਚੱਕਰ ਹੀ ਨਹੀਂ ਹੈ। ਵੀ ਨੋਟ ਰਾਦਰ ਵੀ ਵੁੱਡ ਲਾਈਕ ਟੂ ਫੈਸਿਲੀਟੇਟ, ਲੋਕ ਜਾਣ ਦਰਸ਼ਨ ਕਰਨ ਖੁੱਲ੍ਹਾ, ਇਸੇ ਕਰਕੇ ਤਾਂ ਲਾਂਘਾ ਖੋਲ੍ਹਿਆ। ਸਰਕਾਰ ਨੇ ਇਹਨਾਂ ਰਲ ਕੇ ਇੰਨੀ ਐਫਰਟ ਕੀਤੀ, ਕਮਿਊਨਿਟੀ ਨੇ, ਪੁਲਿਸ ਨੇ, ਐਡਮਿਨਿਸਟ੍ਰੇਸ਼ਨ ਨੇ, ਗਵਰਨਮੈਂਟ ਨੇ, ਅਤੇ ਇਹਦਾ ਮਤਲਬ ਇਹੋ ਹੀ ਹੈ ਕਿ ਲੋਕ ਖੁੱਲ੍ਹ ਕੇ ਜਾ ਸਕਦੇ ਨੇ ਉੱਥੇ। ਅਤੇ ਰਾਦਰ ਗਵਰਨਮੈਂਟ ਤਾਂ ਤੁਹਾਡੇ ਸਾਹਮਣੇ ਰੋਜ਼ ਬਿਆਨ ਆਉਂਦੇ ਨੇ ਕਿ ਹੋਰ ਫੈਸਿਲੀਟੇਟ ਕਰਨ ਨੂੰ ਫਿਰਦੇ ਨੇ ਇਸ ਚੀਜ਼ ਨੂੰ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ।